ਜੰਮੂ ਕਸ਼ਮੀਰ ਵਿੱਚ ਪੀਡੀਪੀ ਤੇ ਭਾਜਪਾ ਦੀ ਸਾਂਝੀ ਸਰਕਾਰ ਦਾ ਅੱਜ ਹੋਇਆ ਗਠਨ। ਪੀਡੀਪੀ ਨੇਤਾ ਮੁਫਤੀ ਮੁਹੰਮਦ ਬਣੇ ਮੁੱਖ ਮੰਤਰੀ। ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਤੇ ਮੰਡਰਾਏ ਸੰਕਟ ਦੇ ਬਾਦਲ, ਜਲਦ ਹੋ ਸਕਦੀ ਹੈ ਛੁੱਟੀ, ਲਾਲ ਸਿੰਘ ਦੇ ਪ੍ਰਧਾਨ ਬਣਾਏ ਜਾਣ ਦੀ ਚਰਚਾ। ਦੇਸ਼ ਦੇ ਆਮ ਬਜਟ ਦੀ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ ਸ਼ਲਾਘਾ, ਪੰਜਾਬ ਤੇ ਕੇਂਦਰ ਸਰਕਾਰ ਦੀ ਮਿਹਰਬਾਨੀ ਦਾ ਕੀਤਾ ਸਵਾਗਤ। ਅਤੇ ਖਾਲਸੇ ਦੀ ਸ਼ਾਨ ਦਾ ਪ੍ਰਤੀਕ ਪਵਿੱਤਰ ਹੋਲਾ ਮਹੱਲਾ ਅੱਜ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਸ਼ੁਰੂ। 6 ਮਾਰਚ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣਗੇ ਧਾਰਮਿਕ ਸਮਾਗਮ। ਚੜ੍ਹਦੀ ਕਲਾ ਟਾਈਮ ਟੀਵੀ ਦੇ ਨਿਊਜ਼ ਐਟ 8 ਬੁਲੇਟਿਨ ਦੇ ਵਿੱਚ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵਿੰਦਰ ਸਿੰਘ, ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ। ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਤੇ ਭਾਜਪਾ ਦੀ ਸਾਂਝੀ ਸਰਕਾਰ ਦਾ ਅੱਜ ਗਠਨ ਹੋ ਗਿਆ। ਪੀਡੀਪੀ ਦੇ ਨੇਤਾ ਮੁਫਤੀ ਮੁਹੰਮਦ ਸੈਯਦ, ਜੋ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਬਣ ਗਏ ਨੇ, ਸਥਾਨਕ ਜ਼ੋਰਾਵਰ ਸਿੰਘ ਸਟੇਡੀਅਮ ਵਿੱਚ ਹੋਏ ਸਹੁੰ ਚੁੱਕ ਸਮਾਰੋਹ ਦੇ ਦੌਰਾਨ ਮੁਫਤੀ ਮੁਹੰਮਦ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾਈ ਗਈ ਹੈ। ਇਸ ਦੇ ਨਾਲ ਹੀ ਮੁਫਤੀ ਮੁਹੰਮਦ ਸੈਯਦ ਦੂਸਰੀ ਵਾਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਬਣ ਗਏ ਨੇ। ਉਧਰ ਭਾਜਪਾ ਦੇ ਨਿਰਮਲ ਸਿੰਘ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਜ਼ਿਕਰੇ ਖਾਸ ਹੈ ਕਿ ਮੁਫਤੀ ਸਾਲ 2002 ਦੇ ਵਿੱਚ ਪੀਡੀਪੀ ਕਾਂਗਰਸ ਸਰਕਾਰ ਵਿੱਚ 3 ਸਾਲ ਤੱਕ ਮੁੱਖ ਮੰਤਰੀ ਰਹੇ ਸਨ। ਬਾਅਦ ਵਿੱਚ ਉਹਨਾਂ ਨੇ ਮੁੱਖ ਮੰਤਰੀ ਅਹੁਦੇ ਨੂੰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਗੱਠਬੰਧਨ ਦੀ ਸ਼ਰਤ ਦੇ ਅਨੁਸਾਰ ਸੌਂਪ ਦਿੱਤਾ ਸੀ। ਇਸ ਵਾਰ ਸੈਯਦ 6 ਸਾਲਾਂ ਤੱਕ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹਿਣਗੇ। ਇਸ ਮੌਕੇ ਤੇ ਸਹੁੰ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਦੇ ਸਮੇਤ ਹੋਰ ਵੀ ਸਿਆਸੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸਰਕਾਰ ਬਣਾਉਣ ਨੂੰ ਲੈ ਕੇ ਜੰਮੂ ਕਸ਼ਮੀਰ ਵਿੱਚ ਜੋ ਕਸ਼ਮਕਸ਼ ਚੱਲ ਰਹੀ ਸੀ ਉਹ ਅੱਜ ਖਤਮ ਹੋ ਗਈ ਹੈ। ਭਾਜਪਾ ਅਤੇ ਪੀਡੀਪੀ ਨੇ ਗੱਠਜੋੜ ਕਰਦਿਆਂ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾਈ ਹੈ ਤੇ ਮੁਫਤੀ ਮੁਹੰਮਦ ਸੈਯਦ, ਜੋ ਕਿ ਪੀਡੀਪੀ ਦੇ ਨੇਤਾ ਨੇ, ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਉਧਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਇੰਨੀ ਦਿਨੀ ਕਾਫੀ ਰੋਮਾਂਚਕ ਬਣੀ ਹੋਈ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਕਾਂਗਰਸੀਆਂ ਦਾ ਹੌਸਲਾ ਵਧਾ ਦਿੱਤਾ ਸੀ ਤੇ ਹੁਣ ਕਾਂਗਰਸ ਹਾਈਕਮਾਂਡ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਛੁੱਟੀ ਕਰਨ ਦਾ ਫੈਸਲਾ ਕਰ ਲਿਆ ਗਿਆ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਬਾਜਵਾ ਦੀ ਥਾਂ ਤੇ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਜਾਣਾ ਲਗਭਗ ਤੈਅ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇਸ਼ ਦੇ ਨਾਲ ਪੰਜਾਬ ਵਿੱਚ ਵੀ ਬੁਰੀ ਤਰ੍ਹਾਂ ਬੈਕਫੁੱਟ ਤੇ ਵਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਇਹ ਬਦਲਾਅ ਹੋਣਾ ਸੁਭਾਵਿਕ ਸੀ। ਪ੍ਰਤਾਪ ਸਿੰਘ ਬਾਜਵਾ ਦੀ ਛੁੱਟੀ ਦੇ ਚਰਚਾ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਥਾਂ ਤੇ ਸਨੌਰ ਤੋਂ ਵਿਧਾਇਕ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਤੇ ਸਿਆਸੀ ਮੈਦਾਨ ਤੋਂ ਬਾਅਦ ਗੱਲ ਕਰ ਲੈਂਦੇ ਅਗਲੀ ਖਬਰ ਦੀ। ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਮ ਬਜਟ ਦੀ ਸ਼ਲਾਘਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਜਟ ਦੇ ਵਿੱਚ ਗਰੀਬਾਂ ਨੂੰ ਪਹਿਲ ਦੇਣ ਦੇ ਨਾਲ ਪੰਜਾਬ ਨੂੰ ਭਾਰੀ ਤੋਹਫੇ ਦਿੱਤੇ ਗਏ ਨੇ। ਬ੍ਰਹਮਪੁਰਾ ਇੱਥੇ 40 ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ 1,10,000 ਰੁਪਏ ਦੇ ਚੈੱਕ ਪਿੰਡਾਂ ਦੇ ਪੰਚਾਇਤਾਂ ਨੂੰ ਵੰਡਣ ਪਹੁੰਚੇ ਸਨ। ਪੈਸੇ
ਤਰਨਤਾਰਨ ਬਲਾਕ ਦੀਆਂ ਜਿਹੜੀਆਂ ਸਾਡੇ ਖਡੂਰ ਸਾਹਿਬ ਹਲਕੇ ਦੀਆਂ ਪੰਚਾਇਤਾਂ 40 ਪੰਚਾਇਤਾਂ ਨੂੰ ਅੱਜ ਚੈੱਕ ਦੇਣੇ ਆ ਤੇ 1,10,000 ਰੁਪਏ ਵਧੀਆ ਬਜਟ ਜਿਹੜਾ ਵਾ ਉਹ ਆਇਆ ਵਾ ਉਹਦੇ ਵਿੱਚ ਗਰੀਬਾਂ ਨੂੰ ਸਭ ਤੋਂ ਪਹਿਲ ਦਿੱਤੀ ਗਈ ਆ ਔਰ ਬਹੁਤ ਵਧੀਆ ਬਜਟ ਆ ਔਰ ਪੰਜਾਬ ਵਾਸਤੇ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡਾ ਜਿਸ ਤਰ੍ਹਾਂ PGI ਚੰਡੀਗੜ੍ਹ ਦੇ ਵਿੱਚ ਆ ਜਾਂ ਏਮਸ ਦਿੱਲੀ ਦੇ ਵਿੱਚ ਆ ਹਸਪਤਾਲ ਇਸ ਤਰ੍ਹਾਂ ਦਾ ਬਹੁਤ ਵੱਡਾ ਹਸਪਤਾਲ ਜਿਹੜਾ ਬਣੂਗਾ ਇਸ ਤਰ੍ਹਾਂ ਜਲ੍ਹਿਆਂਵਾਲਾ ਬਾਗ ਜਿਹੜਾ ਹੈਰੀਟੇਜ ਦੇ ਤੌਰ 'ਤੇ ਉਹਦੀ ਵੱਡੀ ਡਿਵੈਲਪਮੈਂਟ ਹੋਊਗੀ ਇਸੇ ਤਰ੍ਹਾਂ ਹਾਰਟੀਕਲਚਰ ਦਾ ਇੱਕ ਬਹੁਤ ਵੱਡਾ ਜਿਹੜਾ ਇੱਥੇ ਇੰਸਟੀਟਿਊਸ਼ਨ ਬਣੇਗਾ ਜਿਹਦੇ ਨਾਲ ਕ੍ਰਿਸ਼ੀ ਦਾ ਖੇਤੀ ਦਾ ਹੋਰ ਜੋ ਬਾਗਬਾਨੀ ਆ ਜ਼ਿਮੀਂਦਾਰਾਂ ਵਾਸਤੇ ਸਹੂਲਤਾਂ ਨੇ ਰਿਸਰਚ ਆ ਐਜੂਕੇਸ਼ਨ ਆ ਉਹ ਸਾਰਾ ਕੰਮ ਜਿਹੜਾ ਵਾ ਇੱਥੇ ਹੋਊਗਾ ਤੇ ਉਧਰ ਕੇਂਦਰ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਆਮ ਬਜਟ ਨੂੰ ਲੈ ਕੇ ਲੋਕਾਂ ਦੇ ਵਿੱਚ ਕੁਝ ਨਾਰਾਜ਼ਗੀ ਵੇਖੀ ਜਾ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਬਜਟ ਤੋਂ ਉਮੀਦਾਂ ਸਨ ਉਹ ਪੂਰੀਆਂ ਨਹੀਂ ਹੋ ਸਕੀਆਂ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਲੁਧਿਆਣਾ ਤੋਂ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨੇ ਜੋ ਬਜਟ ਪੇਸ਼ ਕੀਤਾ ਉਸ ਦੇ ਵਿੱਚ MSME ਸਨਅਤਾਂ ਦੇ ਲਈ ਕੁਝ ਵੀ ਨਹੀਂ ਹੈ ਐਸਾ ਹੈ ਕਿ ਜੋ ਹਮ MSME ਵਾਲੇ ਹੈ ਉਹ ਸੋਚ ਰਹੇ ਥੇ ਕਿ ਬਹੁਤ ਸਾਰੀ ਚੀਜ਼ਾਂ ਅਨਾਊਂਸਮੈਂਟ ਹੋਗੀ ਹਮਾਰੀ ਅਪਗ੍ਰੇਡੇਸ਼ਨ ਸਕੀਮਸ ਬੜੇਗੀ ਔਰ ਕੋਈ ਟੈਕਨੋਲੋਜੀ ਬੜੇਗੀ ਉਸਕੇ ਲਿਏ ਕੋਈ ਨਈ ਮਸ਼ੀਨਰੀ ਪਰਚੇਜ ਕਰਨੇ ਕੇ ਲਿਏ ਇੰਟਰਸਟ ਰੇਟ ਕਮ ਹੋਗਾ ਉਹ ਮੇਕ ਇਨ ਇੰਡੀਆ ਕਾ ਜੋ ਨਾਰਾ ਹੈ ਹਮੇ ਤੋ MSME ਕੋ ਕੁਛ ਨਾਥ ਨਜ਼ਰ ਨਹੀਂ ਆਇਆ ਹਮੇ ਬਹੁਤ ਬੜੀ ਉਮੀਦ ਥੀ ਕਿ ਇਹ ਜੋ ਗਵਰਨਮੈਂਟ ਹੈ ਇਨਕਾ ਫਸਟ ਬਜਟ ਹੈ ਉਹ ਅੱਛਾ ਹੋਗਾ ਪਰ ਉਤਨਾ ਅੱਛਾ ਨਹੀਂ ਹਮੇ ਮਿਲਾ ਬਲਕਿ ਇਹਨਾਂ ਨੇ ਜੋ ਨਰੇਗਾ ਸਕੀਮ ਕੀ ਪ੍ਰਾਈਸ ਜੋ ਬਜਟ ਮੇ ਉਨਕੋ ਇਨਕਰੀਜ਼ ਕਰ ਦੀ ਹੈ ਇਹਨਾਂ ਨੇ 3400 ਕਰੋੜ ਸੇ 5000 ਕਰੋੜ ਬਜਟ ਰੱਖ ਦੀ ਹੈ ਇਨਕੋ ਚਾਹੀਏ ਥਾ ਵੀ ਵੋ ਗਵਰਨਮੈਂਟ ਕੋ ਚਾਹੀਏ ਥਾ ਵੋ ਇੰਡਸਟਰੀ ਮੇ ਕਲਬਿੰਗ ਕਰਨਾ ਚਾਹੀਏ ਥਾ ਤੋ ਦੂਸਰਾ ਹਮਾਰੀ ਜੋ ਐਕਸਾਈਜ਼ ਡਿਊਟੀ ਥੀ ਬਾਈਸਾਈਕਲ ਕੇ ਲੀਏ ਜਾਂ ਬਾਈਸਾਈਕਲ ਸੈਕਟਰ ਕੇ ਲੀਏ ਉਹਨਾਂ ਨੇ ਕੁਛ ਨਹੀਂ ਕੀਆ ਉਸਕੇ ਉੱਪਰ ਬਾਕੀ ਜੋ ਟੈਕਸ ਕਾ ਸਿਸਟਮ ਹੈ ਵੋ ਵੀ ਇਹਨਾਂ ਨੇ ਜ਼ਿਆਦਾ ਉਸਮੇ ਕੋਈ ਚੇਂਜ ਨਹੀਂ ਕੀਆ ਜੋ ਇੰਪੋਰਟ ਹੋ ਰਿਹਾ ਥਾ ਅਨਹੈਲਦੀ ਮਟੀਰੀਅਲ ਚਾਈਨਾ ਸੇ ਉਸਕੇ ਲੀਏ ਵੀ ਇਹਨਾਂ ਨੇ ਕੋਈ ਪ੍ਰੋਵੀਜ਼ਨ ਨਹੀਂ ਰੱਖਾ ਤੋ ਕੁੱਲ ਮਿਲਾ ਕਰ ਜੇ ਹਮਾਰੀ ਇੰਡਸਟਰੀ ਕੇ ਲੀਏ ਬੜੀਆ ਬਜਟ ਵਟ ਆਈ ਥਿੰਕ ਬਜਟ ਹੈਜ਼ ਨਾਟ ਲਿਵਡ ਅਪ ਟੂ ਇਟਸ ਐਕਸਪੈਕਟੇਸ਼ਨਸ ਨਾਟ ਮਚ ਹੈਜ਼ ਬੀਨ ਡਨ ਫਾਰ ਦਾ ਇੰਡਸਟਰੀ ਇਟ ਇਜ਼ ਬੇਸਿਕਲੀ ਅ ਪਾਪੂਲਿਸਟ ਬਜਟ ਨੋ ਡਾਊਟ ਫਿਊ ਸੈਕਟਰਸ ਲਾਈਕ ਇਨਫਰਾਸਟ੍ਰਕਚਰ ਐਂਡ ਐਜੂਕੇਸ਼ਨ ਹੈਵ ਗੋਟ ਅ ਪੁਸ਼ ਬਟ ਨਾਟ ਮਚ ਹੈਜ਼ ਬੀਨ ਡਨ ਫਾਰ ਦਾ ਇੰਡਸਟਰੀ ਐਕਸਪੈਕਟੇਸ਼ਨਸ ਵਰ ਹਿਊਜ ਬਟ ਆਈ ਐਮ ਸੋਰੀ ਟੂ ਸੇ ਗਵਰਨਮੈਂਟ ਹੈਜ਼ ਫੇਲਡ ਟੂ ਮੀਟ ਇਟਸ ਐਕਸਪੈਕਟੇਸ਼ਨਸ ਸੋ ਇਸੀ ਦੇਸ਼ ਦੇ ਆਮ ਬਜਟ ਤੇ ਲੋਕਾਂ ਦੀ ਪ੍ਰਤੀਕਿਰਿਆ ਤੇ ਗੱਲ ਕਰ ਲੈਂਦੇ ਹਾਂ ਪੰਜਾਬ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਮੇਲਾ ਹੋਲਾ ਮਹੱਲਾ ਖਾਲਸੇ ਸ਼ਾਨ ਦੇ ਨਾਲ ਕੀਰਤਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਸ਼ੁਰੂ ਹੋ ਗਿਆ ਜਿਸ ਦੀ ਆਰੰਭਤਾ ਦੀ ਅਰਦਾਸ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੀਤੀ ਗਈ ਇਸ ਮੌਕੇ ਤੇ ਗਿਆਨੀ ਮਾਲ ਸਿੰਘ ਨੇ ਜਿੱਥੇ ਹੋਲੇ ਮਹੱਲੇ ਦੀ ਇਤਿਹਾਸਕ ਮਹੱਤਤਾ ਤੇ ਚਾਨਣਾ ਪਾਇਆ ਉੱਥੇ ਹੀ ਉਹਨਾਂ ਨੌਜਵਾਨ ਪੀੜ੍ਹੀ ਨੂੰ ਮੇਲੇ ਦੌਰਾਨ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਹੈ ਗੁਰਤਲਬ ਹੈ ਕਿ ਹੋਲਾ ਮਹੱਲਾ ਸਮਾਗਮ ਨੂੰ ਲੈ ਕੇ ਤਖ਼ਤ ਸਾਹਿਬ ਤੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਅਤੇ ਇਸ ਵਾਰ ਵੀ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਪਹੁੰਚਣਗੇ ਜਾਂਦੇ ਸੀ ਸਤਿਗੁਰੂ ਨੇ ਉਸ ਹੋਲੇ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਮਹੱਲੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਤਖ਼ਤ ਸਾਹਿਬ ਦੇ ਉੱਤੇ ਜਾਂ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਆਈਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਵਾਸਤੇ ਆਉਣੇ ਆ ਨੌਜਵਾਨਾਂ ਨੂੰ ਬੇਨਤੀ ਆ ਕਿਸੇ ਨੇ ਵੀ ਹੁੱਲੜਬਾਜ਼ੀ ਨਹੀਂ ਕਰਨੀ ਜਾਂ ਅੱਜ ਕੱਲ੍ਹ ਮੋਟਰਸਾਈਕਲ ਦੇ ਉੱਤੇ ਉਹਦੇ ਚੋਂ ਕੱਢ ਕੇ ਕਿਸੇ ਤਰ੍ਹਾਂ ਦੇ ਹੋਰ ਹੀ ਤਰ੍ਹਾਂ ਦੇ ਨਾ ਪੜਾਕੇ ਜੇ ਪਾਏ ਜਾਂਦੇ ਆ ਜਾਣੇ ਇਹੋ ਜਿਹਾ ਕੁਝ ਵੀ ਕੋਈ ਨਹੀਂ ਕਰਨਾ ਅੱਖਾਂ 'ਚ ਬੜਾ ਹੀ ਸ਼ਰਧਾ ਭਾਵਨਾ ਬਹੁਤ ਸ਼ਰਧਾ ਨਾਲ ਚੱਲ ਕੇ ਆਉਣਾ ਹੈ ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਲੰਗੀਆਂ ਵਾਲੇ ਦੇ ਸਪੁੱਤਰ ਸਪੁੱਤਰੀਆਂ ਬਣਨਾ ਹੈ
ਤੇ ਪੰਜਾਬ ਸਰਕਾਰ ਦੇ ਵੱਲੋਂ ਭਲੇ ਹੀ ਗਰੀਬ ਵਰਗ ਦੇ ਲੋਕਾਂ ਦੇ ਲਈ ਮੁਫ਼ਤ ਇਲਾਜ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਦਾ ਦਾਅਵਾ ਕੀਤਾ ਜਾ ਰਿਹਾ, ਪਰ ਨਿਚਲੀ ਪੱਧਰ ਤੇ ਦਾਅਵਿਆਂ ਦੀ ਫੂਕ ਨਿਕਲਦੀ ਦਿਖ ਰਹੀ ਹੈ। ਜਿਹਾ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਗਰੀਬ ਪਰਿਵਾਰ ਦੀਆਂ ਗਰਭਵਤੀ ਔਰਤਾਂ ਦੇ ਸਕੈਨ ਪ੍ਰਾਈਵੇਟ ਕਲੀਨਿਕ ਤੇ ਕਰਵਾਏ ਜਾ ਰਹੇ ਨੇ ਤੇ ਦਵਾਈਆਂ ਵੀ ਬਾਹਰਲੇ ਮੈਡੀਕਲ ਸਟੋਰ ਤੋਂ ਲੈਣ ਦੇ ਲਈ ਕਿਹਾ ਜਾ ਰਿਹਾ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾਕਟਰ ਉਹਨਾਂ ਨੂੰ ਬਾਹਰੋਂ ਦੁੱਗਣੇ ਰੇਟਾਂ ਤੋਂ ਦਵਾਈਆਂ ਲੈਣ ਲਈ ਮਜਬੂਰ ਕਰ ਰਹੇ ਨੇ। ਉਧਰ ਇਸ ਬਾਰੇ SMO ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਬਾਰੇ ਪੂਰੀ ਜਾਂਚ ਕੀਤੀ ਜਾਵੇਗੀ। ਸਰਕਾਰੀ ਹਸਪਤਾਲ ਚ ਗਏ ਤੇ ਜੀ ਡਾਕਟਰ ਨੇ ਕੋਲੇ ਜੋ ਕਹਿੰਦੇ ਵੀ ਸਕੈਨ ਬਾਹਰੋਂ ਕਰਾ ਲਏ ਤੁਸੀਂ ਵਿੰਦਰੋ ਨੀ ਹਜੇ ਹੋਣੀ। ਕਿੰਨੇ ਪੈਸੇ ਲੱਗਦੇ ਨੇ? 800 ਰੁਪਈਆ ਜੀ। ਬਹੁਤ ਜ਼ਿਆਦਾ ਔਖਾ ਜੀ, ਉਹੀ ਅਗਲੇ ਕਮਾਉਣ ਉਹੀ ਖਾਣ, ਕੁਛ ਨੀ ਜੀ ਕਰ ਸਕਦਾ ਇਹਦਾ ਗਰੀਬ ਹੁੰਦਾ। ਸਿਪਰਾ ਨੇ ਕਿਹਾ ਜੀ ਸਾਨੂੰ ਤਾਂ ਇੱਕ ਤਾਂ ਸਕੈਨ ਕਰਾ ਲਈ ਸੀ ਜੀ ਜੀ, ਦੂਸਰੀ ਨੂੰ ਕਹਿੰਦੇ ਜੀ ਕਰਾ ਕੇ ਲੈ ਕੇ ਆਵੋ ਇੱਕ ਹੋਰ। ਪਹਿਲਾਂ ਸਾਨੂੰ 700 ਦੀ ਦਵਾਈ ਲੱਗਦੀ ਸੀ ਬਾਹਰੋਂ, ਸਾਨੂੰ ਇੱਕ ਵੀ ਦਵਾਈ ਅੰਦਰੋਂ ਨੀ ਦਿੱਤੀ ਹੈਗੀ। ਅਸੀਂ ਮੰਗ ਕਰਦੇ ਹਾਂ ਵੀ ਗਰੀਬਾਂ ਵਾਸਤੇ ਫ੍ਰੀ ਇਲਾਜ ਕੀਤਾ ਜਾਣਾ ਚਾਹੀਦਾ, ਦਵਾਈਆਂ ਵੀ ਅੰਦਰੋਂ ਮਿਲਣ। ਸਕੈਨਾਂ ਹੁੰਦੀਆਂ ਤੇ ਇਸ ਤੋਂ ਬਾਅਦ ਵੀ ਜੇ ਕੋਈ ਡਾਕਟਰ ਬਾਹਰੋਂ ਲਿਖਦਾ ਜਾਂ ਉਹਦੀ ਬਿਹੇਵੀਅਰ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਬਿਹੇਵ ਕਰਦੀ ਹੈ ਤਾਂ ਉਹਦੇ ਬਾਰੇ 'ਚ ਅਸੀਂ ਆਪਣੀ ਇਨਕੁਆਇਰੀ ਕਰਾਂਗੇ ਔਰ ਪਤਾ ਕਰਾਂਗੇ ਵੀ ਹਾਂ ਇਹ ਇਸ ਤਰ੍ਹਾਂ ਦਾ ਕਿਉਂ ਬਿਹੇਵ ਕੀਤਾ ਜਾਂਦਾ ਹੈ ਜਾਂ ਅਲਟਰਾਸਾਊਂਡ ਜਿਹੜੇ ਨੇ ਬਾਹਰੋਂ ਲਿਖਣ ਦੀ ਕੋਈ ਕੋਸ਼ਿਸ਼ ਕਿਉਂ ਕਰਦਾ। ਤੇ ਵੱਧਦੇ ਅਗਲੀ ਖਬਰ ਦੇ ਵੱਲ। ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਹੋਏ ਸਿੱਖ ਧਰਮ, ਸਾਹਿਤ, ਅਨੁਵਾਦ ਅਤੇ ਵਾਰਤਕ ਦੇ ਖੇਤਰ ਦੇ ਵਿੱਚ ਹਵਾਲਾ ਗ੍ਰੰਥ ਸਥਾਪਿਤ ਕਰਨ ਵਾਲੇ ਪ੍ਰਸਿੱਧ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਨੂੰ ਬੀਤੇ ਦਿਨੀ ਪਟਿਆਲਾ ਵਿਖੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਕਵੀ BS ਰਤਨ ਦੀ ਰਿਹਾਇਸ਼ 'ਚ ਆਯੋਜਿਤ ਇਸ ਸਾਹਿਤਕ ਸਮਾਰੋਹ ਦੇ ਦੌਰਾਨ ਡਿਪਟੀ ਕਮਿਸ਼ਨਰ ਵਰੁਣ ਰੂਸਮ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਡਾਕਟਰ ਜੱਗੀ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਚੜ੍ਹਦੀਕਲਾ ਟਾਈਮ TV ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾਕਟਰ ਜੱਗੀ ਦੀਆਂ ਖੋਜਾਂ ਸਾਡੀਆਂ ਪੀੜ੍ਹੀਆਂ ਦੇ ਲਈ ਸਿੱਖਿਆ ਦਾ ਕੇਂਦਰ ਨੇ। ਇਸ ਮੌਕੇ ਤੇ ਵੱਖ ਵੱਖ ਵਿਦਵਾਨਾਂ BS ਰਤਨ, ਡਾਕਟਰ ਸੁਰਜੀਤ ਸਿੰਘ ਭੱਟੀ, ਸਾਹਿਤ ਅਕਾਦਮੀ ਅਵਾਰਡੀ ਡਾਕਟਰ ਦਰਸ਼ਨ ਸਿੰਘ ਆਸ਼ਟ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾਕਟਰ ਹਰਜਿੰਦਰ ਪਾਲ ਸਿੰਘ ਵਾਲੀਆ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਵੱਲੋਂ ਡਾਕਟਰ ਰਤਨ ਸਿੰਘ ਦੀ ਸ਼ਲਾਘਾ ਕੀਤੀ ਗਈ। ਮੈਂ ਕੋਈ ਸ਼ੈਸੀਅਤ ਨਹੀਂ ਹਾਂ, ਮੇਰੇ ਕੋਲ ਕੋਈ ਵੀ ਕੰਮ ਸੰਭਵ ਨਹੀਂ ਹੈ। ਪਰਮਾਤਮਾ ਜਦੋਂ ਕਿਰਪਾ ਕਰਦਾ ਹੈ ਤਾਂ ਮਿੱਟੀ ਨੂੰ ਵੀ ਸੋਨਾ ਬਣਾ ਦਿੰਦਾ ਹੈ। ਮੈਂ ਜ਼ਿੰਦਗੀ ਦੇ ਵਿੱਚ ਕਿਤਨੇ ਸੁੱਖ ਦੇਖੇ, ਕਿਤਨੇ ਦੁੱਖ ਦੇਖੇ, ਕਿਤਨੇ ਕਿਤਨੇ ਸੁੱਖ ਹੋ ਗਏ, ਪਰ ਸਾਰੇ ਹੀ ਪਰਮਾਤਮਾ ਦੀ ਦੇਣ। ਇਸ ਸੰਬੰਧ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਮੇਰੇ ਅੰਦਰ ਪੜ੍ਹਨ ਦਾ ਬੜਾ ਸ਼ੌਕ ਸੀ, ਪਰ ਘਰ ਦੇ ਕੰਮ ਨਹੀਂ ਸੀ ਕਿ 10ਵੀਂ ਤੋਂ ਬਾਅਦ ਮੈਨੂੰ ਪੜ੍ਹਨ ਲਈ ਚਾਹੁੰਦਾ ਸੀ, ਲੇਕਿਨ ਮੈਨੂੰ ਪੜ੍ਹਾਇਆ ਨਾ ਗਿਆ। ਪਾਕਿਸਤਾਨ ਬਣਿਆ ਮੇਰੇ ਕੋਲ ਸਿਰਫ 10ਵੀਂ ਦਾ ਸਰਟੀਫਿਕੇਟ ਸੀ, ਜਿਸ ਨੂੰ ਮੈਂ ਬਹੁਤ ਸੰਭਾਲ ਕੇ ਰੱਖਿਆ ਸੀ। ਉਸ ਤੋਂ ਚੰਗੀ ਚੀਜ਼ ਮੈਨੂੰ ਕੋਈ ਨਹੀਂ ਸੀ। ਪਾਕਿਸਤਾਨ ਬਣ ਗਿਆ, ਮੈਂ ਆ ਗਿਆ, ਇੱਧਰ ਆ ਗਿਆ, ਲਗਾਤਾਰ ਮਿਹਨਤ ਕੀਤੀ, ਫੌਜ ਵਿੱਚ ਨੌਕਰੀ ਕੀਤੀ, 7 ਸਾਲ ਪੁਲਿਸ ਵਿੱਚ ਨੌਕਰੀ ਕੀਤੀ, ਸਾਰੀਆਂ ਕਰ ਕਰਾ ਕੇ ਪੜ੍ਹ ਪੁੜ ਕੇ ਜਿਸ ਮੈਂ ਆ ਗਿਆ ਤਾਂ ਫਿਰ ਮੇਰੇ ਵਾਸਤੇ ਮੈਦਾਨ ਖੁੱਲ੍ਹਾ ਸੀ। ਪਰ ਇਹ ਸਾਰਾ ਕੁਝ ਤਾਂ ਪਰਮਾਤਮਾ ਦੀ ਕਿਰਪਾ ਦਾ।
ਇੱਕ ਬੜਾ ਡਿਫਰੈਂਟ ਵਰਲਡ ਹੈ ਜਿਹਦੇ ਵਿੱਚ ਸਾਹਿਤ ਦੇ ਵਿੱਚ ਫ੍ਰੀ ਥੋਟਸ ਆਉਂਦੀਆਂ, ਫ੍ਰੀ ਐਕਸਪ੍ਰੈਸ਼ਨ ਜਿਹੜਾ ਹੈਗਾ, ਜਿਹੜਾ ਕਲਮ ਨਾਲ ਵੱਖਰੇ ਸਾਹਿਤਕਾਰ ਲਿਖਦੇ ਨੇ ਉਹ ਆਉਂਦੇ ਨੇ, ਐਨਾਲਿਸਿਸ ਹੁੰਦਾ ਜੋ ਅਸੀਂ ਕਹਿ ਰਹੇ ਹਾਂ, ਜੋ ਅਸੀਂ ਲਿਖਦੇ ਹਾਂ ਉਹਦਾ ਐਨਾਲਿਸਿਸ ਹੁੰਦਾ, ਕ੍ਰਿਟੀਸਿਜ਼ਮ ਹੁੰਦਾ। ਸੋ ਬੜਾ ਡਿਫਰੈਂਟ ਵਰਲਡ ਹੈਗਾ। ਰਤਨ ਜੀ ਨੂੰ ਅਸੀਂ ਬੁਲਾਉਂਦੇ ਹੁੰਦੇ ਸੀ ਆਪਣੇ ਘਰ, ਜਦੋਂ ਮੇਰੇ ਘਰ ਮੁਸ਼ਾਇਰੇ ਔਰ ਕਵੀ ਦਰਬਾਰ ਹੁੰਦੇ ਸਨ, ਅਤੇ ਪਹਿਲੇ ਦਿਨ ਜਦੋਂ ਮੈਂ ਇਹਨਾਂ ਨੂੰ ਮਿਲਿਆ ਤਾਂ ਇਹਨਾਂ ਦੀ ਸ਼ਖਸੀਅਤ ਤੋਂ, ਇਹਨਾਂ ਦਾ ਸਹਿਜ ਭਰਿਆ ਜਿਹੜਾ ਸੁਭਾਅ, ਉਸ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਸਾਡਾ ਪਿਆਰ ਸਿਰਫ ਉੱਥੇ ਤੱਕ ਹੀ ਸੀਮਤ ਸੀ ਕਿ ਅਸੀਂ ਇਕੱਠੇ ਹੁੰਦੇ ਸੀ, ਉਸ ਤੋਂ ਬਾਅਦ ਸਾਡੇ ਪਰਿਵਾਰ ਨਾਲ ਇਹਨਾਂ ਦਾ ਪਿਆਰ ਹੋਇਆ। ਮੇਰੇ ਛੋਟੇ ਵੀਰ ਜੀ ਕੋਲ ਇਹਨਾਂ ਦਾ ਸਾਰਾ ਪੁਸਤਕਾਂ ਜਿੰਨੀਆਂ ਵੀ ਛਪੀਆਂ, ਅਤੇ ਮੈਨੂੰ ਪਤਾ ਲੱਗਿਆ ਇਹਨਾਂ ਦਾ। ਅਤੇ ਕੁਦਰਤੀ ਇੱਕ ਦਿਨ ਮੇਰੀ ਬੇਟੀ ਨੇ ਨਿਊਯਾਰਕ ਮੈਡੀਕਲ ਕਾਲਜ ਤੋਂ MD ਕੀਤੀ, ਅਤੇ ਉਹਨੂੰ ਫਿਲਾਡੈਲਫੀਆ ਵਿੱਚ ਉਸਦੀ ਸਿਲੈਕਸ਼ਨ ਹੋਈ ਫੈਲੋਸ਼ਿਪ ਵਾਸਤੇ, ਅਤੇ ਮੈਂ ਬੜਾ ਪਰੇਸ਼ਾਨ ਸੀ, ਫਿਲਾਡੈਲਫੀਆ 'ਚ ਮੇਰਾ ਵਾਕਫ ਕੋਈ ਨਹੀਂ ਸੀ। ਅਤੇ ਵਾਲੀਆ ਸਾਹਿਬ ਦਾ ਮੈਨੂੰ ਫੋਨ ਆਇਆ, ਕਹਿੰਦੇ ਤੁਸੀਂ ਪਰੇਸ਼ਾਨ ਨਾ ਹੋਵੋ, ਰਤਨ ਜੀ ਦੀ ਬੇਟੀ ਉੱਥੇ ਹੈ। ਤਾਂ 2 ਸਾਲ ਪਹਿਲਾਂ ਅਸੀਂ ਰਤਨ ਜੀ ਦੀ ਬੇਟੀ ਉੱਥੇ ਫਿਲਾਡੈਲਫੀਆ 'ਚ, ਮੈਂ, ਮੇਰੀ ਵਾਈਫ, ਮੇਰੀ ਬੇਟੀ, ਅਸੀਂ ਉੱਥੇ ਪਹੁੰਚੇ, ਔਰ ਉਸ ਤੋਂ ਬਾਅਦ ਜੋ ਸਾਡਾ ਅਦੁੱਤੀ ਪਿਆਰ ਹੋਇਆ ਉਹ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਜੱਗੀ ਸਾਹਿਬ ਦਾ ਮਿਲਾਪ ਅੱਜ ਜਿਹੜਾ ਮੇਰਾ ਇੱਥੇ ਆਉਣਾ ਹੋਇਆ। ਮੇਰੀ ਬੇਟੀ ਅਮਰੀਕਾ ਤੋਂ ਆਈ 10 ਦਿਨ ਪਹਿਲਾਂ, ਅਤੇ ਅਸੀਂ ਰਤਨ ਸਾਹਿਬ ਕੋਲ ਆਏ, ਅਤੇ ਇਹਨਾਂ ਦਾ ਮੈਨੂੰ ਇਹ ਸੀ ਕਿ ਇਹਨਾਂ ਦਾ ਸਹਿਤ ਨਾਲ ਹੀ ਪਿਆਰ ਹੈ ਔਰ ਧਰਮ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ। ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜੱਗੀ ਸਾਹਿਬ ਨੂੰ ਬੁਲਾ ਕੇ ਜੋ ਉਹਨਾਂ ਨੇ ਦਸਮ ਗ੍ਰੰਥ 'ਤੇ ਔਰ ਕੰਮ ਕੀਤਾ ਹੈ, ਮੈਂ ਉਹਨਾਂ ਨੂੰ ਹਨਰ ਕਰਾਂ, ਮੈਨੂੰ ਬੜੀ ਹੈਰਾਨੀ ਭਰੀ ਖੁਸ਼ੀ ਹੋਈ। ਔਰ ਜਦੋਂ ਮੈਂ ਜੱਗੀ ਸਾਹਿਬ ਦੀ ਕਿਤਾਬ ਦੇਖੀ, ਸਿੱਖ ਖਾਲਸਾ ਪੰਥ ਦਾ ਵਿਸ਼ਵ ਕੋਸ਼ ਜਿਹੜਾ, ਮੈਂ ਇਤਨਾ ਖੁਸ਼ ਹੋਇਆ, ਮੈਂ ਕਿਹਾ ਅਤੇ ਮੇਰੀ ਅਖਬਾਰ ਵਾਸਤੇ ਰੋਜ਼ ਮੈਨੂੰ ਚੀਜ਼ਾਂ ਲੋੜ ਪੈਂਦੀਆਂ ਨੇ ਜਿਹੜੀਆਂ ਇਸ ਵਿੱਚ, ਅਤੇ ਮੈਂ ਬੜੀ ਨੀਝ ਨਾਲ ਦੇਖਿਆ ਔਰ ਇਹਨਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ, ਅਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮੈਂ ਅੱਜ ਤੋਂ ਕੋਈ 1960 ਤੋਂ ਮੈਂ ਪੱਤਰਕਾਰੀ ਦੇ ਖੇਤਰ ਵਿੱਚ ਖਬਰਾਂ ਲਿਖ ਰਿਹਾ, 54-55 ਸਾਲ ਮੈਨੂੰ ਹੋ ਗਏ ਨੇ, ਮੈਂ ਸਾਰੀ ਉਮਰ ਮੈਂ ਖਬਰਾਂ ਲਿਖਦਾ ਰਿਹਾ, ਅਤੇ ਮੈਂ ਜਿਸ ਸਿੱਟੇ 'ਤੇ ਪਹੁੰਚਿਆ ਅੱਜ ਤੁਸੀਂ ਸਾਰੇ ਉਸ ਸਿੱਟੇ 'ਤੇ ਪਹੁੰਚੇ ਹੋ, ਮੈਨੂੰ ਇਸ ਗੱਲ 'ਤੇ ਬਹੁਤ ਹੀ ਤਸੱਲੀ ਭਰੀ ਖੁਸ਼ੀ ਹੈ। ਡਾਕਟਰ ਜੱਗੀ ਦਾ ਬਹੁਤ ਵਿਸ਼ਾਲ ਤਜਰਬਾ ਹੈ, ਅਨੁਭਵ ਵੀ ਹੈ, ਔਰ ਤਕਰੀਬਨ 52 ਸਾਲ ਦਾ ਇਹਨਾਂ ਦਾ ਤਜਰਬਾ ਹੈ। ਸੋ ਉਹਨਾਂ ਦੀਆਂ ਤਕਰੀਬਨ 121 ਪੁਸਤਕਾਂ ਜਿਹੜੀਆਂ ਨੇ, ਜਿਹਨਾਂ ਦੇ ਵਿੱਚ ਮਹਾਨ ਗ੍ਰੰਥ ਔਰ ਮਹਾਨ ਕੋਸ਼ ਨੇ, ਉਹ ਸ਼ਾਮਿਲ ਨੇ, ਔਰ ਉਹਨਾਂ ਨੂੰ ਅੱਜ ਤੱਕ 21 ਅਵਾਰਡ ਮਿਲ ਚੁੱਕੇ ਨੇ ਯੂਨੀਵਰਸਿਟੀਜ਼ ਵੱਲੋਂ, ਸਟੇਟ ਗਵਰਨਮੈਂਟ ਵੱਲੋਂ, ਸੈਂਟਰ ਗਵਰਨਮੈਂਟ ਵੱਲੋਂ, ਔਰ ਉਹਨਾਂ ਦੀਆਂ ਜਿਹੜੀਆਂ ਸ਼ਾਨਦਾਰ ਜਿਹੜੀਆਂ ਸੇਵਾਵਾਂ ਨੇ ਔਰ ਪ੍ਰਾਪਤੀਆਂ ਨੇ, ਉਹਨਾਂ ਨੂੰ ਕਾਫ਼ੀ ਸਲਾਹਿਆ ਜਾ ਚੁੱਕਾ ਹੈ। ਮੈਂ ਉਹਨਾਂ ਦੀ ਜਿਹੜੀ ਕਿਤਾਬਾਂ ਦੀ ਲੰਬੀ ਲਿਸਟ ਜਿਹੜੀ ਉਹ ਨਹੀਂ ਪੜ੍ਹਦਾ, ਪਰ ਮੈਂ ਜ਼ਰੂਰ ਕਹਾਂਗਾ ਕਿ TV 'ਤੇ, ਦੂਰਦਰਸ਼ਨ 'ਤੇ ਲਗਾਤਾਰ ਉਹ ਇੱਕ ਚਾਨਣ ਮੁਨਾਰੇ ਵਾਂਗ ਆ ਰਹੇ ਨੇ, ਔਰ ਇੱਕ ਐਨਸਾਈਕਲੋਪੀਡੀਆ ਦਾ ਜਿਸ ਤਰ੍ਹਾਂ ਅਧਿਐਨ ਹੈ, ਉਸੇ ਤਰ੍ਹਾਂ ਦੀਆਂ ਇਹਨਾਂ ਦੀਆਂ ਗੱਲਾਂ ਨੇ। ਅੱਜ ਮੇਰੇ ਹਿਸਾਬ ਦੇ ਨਾਲ ਪ੍ਰਮਾਣਿਕਤਾ ਇਹ ਹੈ ਕਿ ਜਿਹੜਾ ਇਨਾਮ ਡਾਕਟਰ ਜੱਗੀ ਨੂੰ ਨਹੀਂ ਮਿਲਿਆ, ਉਸ ਇਨਾਮ ਦੀ ਪੰਜਾਬੀ ਸਮਾਜ ਦੇ ਸਾਹਿਤ ਵਿੱਚ ਕੋਈ ਸਾਰਥਕਤਾ ਨਹੀਂ ਰਹਿ ਜਾਂਦੀ। ਇਨਾਮ ਇਹਨਾਂ ਦੇ ਚਰਨ ਚੁੰਮਣ ਲਈ ਆਉਂਦੇ ਨੇ, ਲੋਕ ਇਨਾਮ ਦੇ ਕੇ ਆਪ ਵੱਡਾ ਮਹਿਸੂਸ ਕਰਦੇ ਨੇ, ਤਾਂ ਇਹਨਾਂ ਨੇ ਕਦੇ ਵੀ, ਜਿਹੜੇ ਬੰਦੇ ਨੇ ਇੰਨਾ ਕੰਮ ਕੀਤਾ ਹੋਵੇ, ਮੈਨੂੰ ਤਾਂ ਇਹ ਹੈਰਾਨੀ ਹੈ ਵੀ ਇੱਕ ਸੋਚ ਰਿਹਾ ਸੀ ਦੁਨੀਆ ਦੇ ਵਿੱਚ ਕਿਸ ਚੀਜ਼ ਨਾਲ ਡਾਕਟਰ ਜੱਗੀ ਦੀ ਉਪਮਾ ਕੀਤੀ ਜਾ ਸਕਦੀ ਹੈ। ਮੈਂ ਸੋਚਦਾ ਇਸ ਨਤੀਜੇ 'ਤੇ ਪਹੁੰਚਿਆ ਕਿ ਸਿਰਫ ਸੂਰਜ ਹੈ ਜਿਹੜਾ ਸੌਂਦਾ।
ਜੀ ਉਧਰ ਬੀਤੇ ਦਿਨ ਪਟਿਆਲਾ ਦੇ ਨਾਮੀ ਵਿਦਿਅਕ ਅਦਾਰੇ ਨਿਊ ਦਿੱਲੀ ਪਬਲਿਕ ਸਕੂਲ ਦਾ ਅਕਾਦਮਿਕ ਸੈਸ਼ਨ ਪੂਰਾ ਹੋਣ ਤੇ ਇੱਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਕਟਰ ਜਸਪਾਲ ਸਿੰਘ ਦੇ ਪਹੁੰਚਣ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ, ਸਕੂਲ ਪ੍ਰਿੰਸੀਪਲ, ਸਟਾਫ ਅਤੇ ਬੱਚਿਆਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਖੁੱਲੇ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਸਨ ਅਤੇ ਉੱਚ ਕੋਟੀ ਦੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਡਾਕਟਰ ਜਸਪਾਲ ਸਿੰਘ ਨੇ ਆਪਣੇ ਭਾਸ਼ਣ ਦੇ ਦੌਰਾਨ ਜਿੱਥੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਵਿਦਿਆਰਥੀਆਂ ਦੇ ਨਾਲ ਵਡਮੁੱਲੇ ਵਿਚਾਰਾਂ ਦੀ ਸਾਂਝ ਪਾਈ। ਦਿਨ ਰਹਿ ਨਾਮ ਤਿਹਾਏ ਦਾ ਫਿਰ ਪਾਏ ਨਾਮ ਆ ਜਿਸ ਤੇ ਉਪਜਿਆ ਨਾਨਕਾ। ਨਿਊ ਦਿੱਲੀ ਪਬਲਿਕ ਸਕੂਲ ਦੇ ਵਿੱਚ ਅਸੀਂ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਦੇ ਨਾਲ ਟਾਟਾ ਕਲਾਸ ਹੈ ਜਿਹਦੇ ਨਾਲ ਅਸੀਂ ਐਗਰੀਮੈਂਟ ਕੀਤਾ ਸੀ। ਬੱਚਿਆਂ ਨੂੰ ਆਨਲਾਈਨ, ਸਾਰੇ ਬੱਚਿਆਂ ਨੂੰ ਆਨਲਾਈਨ ਅਸੀਂ ਸਟੱਡੀ ਕਰਵਾ ਰਹੇ ਹਾਂ ਔਰ ਸਾਰੇ ਸਾਡੇ ਸਮਾਰਟ ਕਲਾਸਰੂਮ, ਹਰ ਕਲਾਸਰੂਮ ਦੇ ਵਿੱਚ ਪ੍ਰੋਜੈਕਟਰ, ਕੰਪਿਊਟਰ ਔਰ ਬੱਚਿਆਂ ਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਵਧੀਆ ਤੋਂ ਵਧੀਆ ਜੋ ਹੈ ਪੜ੍ਹਾਈ ਅਸੀਂ ਦੇਣ ਦਾ ਯਤਨ ਕੀਤਾ। ਔਰ ਦੂਸਰੀ ਸਾਨੂੰ ਇਹ ਸਭ ਤੋਂ ਵੱਡੀ ਤਸੱਲੀ ਹੈ ਕਿ ਸਾਡੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਪੇਰੈਂਟਸ ਜੋ ਹਨ ਉਹ ਵਰਡ ਆਫ ਮਾਊਥ ਹਨ। ਬੱਚੇ ਚੰਗੀ ਪਰਫਾਰਮੈਂਸ ਕਰਦੇ ਹਨ ਔਰ ਮਾਤਾ ਪਿਤਾ ਸਾਡੇ ਸਕੂਲਾਂ ਦੀ ਸ਼ੋਭਾ ਸੁਸਾਇਟੀ 'ਚ ਕਰਦੇ ਹਨ। ਤੋ ਮਾਤਾ ਪਿਤਾ ਦੀ ਸਪੋਰਟ ਨਾਲ ਸਾਡੀਆਂ ਸਾਰੀਆਂ ਇੰਸਟੀਟਿਊਸ਼ਨਸ ਅੱਗੇ ਹੀ ਅੱਗੇ ਚੱਲਦੀਆਂ ਜਾ ਰਹੀਆਂ ਹਨ। ਇਸ ਬਿਲਡਿੰਗ 'ਚ ਤੁਸੀਂ ਬੈਠੇ ਹੋ, ਇੱਥੇ ਤਕਰੀਬਨ 10 ਕਰੋੜ ਰੁਪਇਆ ਖਰਚ ਹੋਇਆ ਹੈ, ਲੇਕਿਨ ਅਸੀਂ ਬਹੁਤ ਨਾਮੀਨਲ ਫੀਸਾਂ ਉੱਤੇ ਜਿਹੜੇ ਸਕੂਲ 50,000 ਰੁਪਇਆ ਐਡਮਿਸ਼ਨ ਫੀਸ ਲੈਂਦੇ ਹਨ, 10,000 ਰੁਪਇਆ ਮੰਥਲੀ ਫੀਸ ਲੈਂਦੇ ਹਨ, ਉਹਨਾਂ ਨਾਲੋਂ ਵੀ ਚੰਗੀ ਪੜ੍ਹਾਈ ਅਸੀਂ ਬਹੁਤ ਘੱਟ ਫੀਸਾਂ ਲੈ ਕੇ ਆਪਣੇ ਸਕੂਲਾਂ ਵਿੱਚ ਬੱਚਿਆਂ ਨੂੰ ਦੇ ਰਹੇ ਹਨ, ਜਿਸ ਦੇ ਨਾਲ ਸਾਡੀ ਸੁਸਾਇਟੀ ਦੇ ਆਮ ਲੋਕਾਂ ਨੂੰ ਜੋ ਇਤਨੇ ਪੈਸੇ ਦੂਜੇ ਵੱਡੇ ਸਕੂਲਾਂ ਜਾ ਕੇ ਨਹੀਂ ਦੇ ਸਕਦੇ, ਉਸ ਤੋਂ ਵੀ ਚੰਗੀ ਪੜ੍ਹਾਈ ਇੱਥੇ ਬਹੁਤ ਨਾਮੀਨਲ ਫੀਸ ਦੇ ਉੱਤੇ ਪ੍ਰਾਪਤ ਕਰ ਰਹੇ ਹਨ। ਵਿਦਿਆ ਦੇ ਖੇਤਰ ਵਿੱਚ ਦੇਖਾਂ, ਸਿੱਖਿਆ ਦੇ ਖੇਤਰ ਵਿੱਚ ਦੇਖਾਂ ਤਾਂ ਇਸ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। 7 ਇੰਸਟੀਟਿਊਸ਼ਨ ਜਾਂ ਹੋਰ ਵੀ ਇੰਸਟੀਟਿਊਸ਼ਨਸ ਚਲਾਉਣ ਦਾ ਜਿਹੜਾ ਕੰਮ ਹੈ ਉਹ ਕੋਈ ਸੌਖਾ ਕੰਮ ਨਹੀਂ। ਖਾਸ ਤੌਰ 'ਤੇ ਜਿੱਦਾਂ ਉਹ ਕਹਿ ਰਹੇ ਸਨ ਕਿ ਅਫੋਰਡੇਬਲ ਫੀਸ ਸਟਰਕਚਰ ਨਾਲ ਇਸ ਕੰਮ ਨੂੰ ਚਲਾਉਣਾ ਬਹੁਤ ਔਖਾ ਕੰਮ ਹੈ। ਔਰ ਹੁਣ ਮੈਂ ਦੇਖ ਰਿਹਾ ਕਿ ਛੋਟੇ ਛੋਟੇ ਬੱਚੇ, ਪ੍ਰੀ ਨਰਸਰੀ ਦੇ ਬੱਚੇ, ਪਲੇ ਸਕੂਲ ਜਾਣ ਵਾਲੇ ਬੱਚਿਆਂ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਤੱਕ ਦੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਇੰਸਟੀਟਿਊਸ਼ਨ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ। ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਬਹੁਤ ਸਾਰੀਆਂ ਇੰਸਟੀਟਿਊਸ਼ਨਸ ਦੀ ਐਫੀਲੇਸ਼ਨ ਪੰਜਾਬੀ ਯੂਨੀਵਰਸਿਟੀ ਨਾਲ ਹੈ ਔਰ ਅਸੀਂ ਮੋਨੀਟਰ ਵੀ ਕਰਦੇ ਹਾਂ, ਦੇਖਦੇ ਵੀ ਹਾਂ ਔਰ ਜਿਸ ਤਰ੍ਹਾਂ ਦਾ ਮਿਆਰ ਇਹਨਾਂ ਨੇ ਕਾਇਮ ਕੀਤਾ ਹੈ ਔਰ ਜਿਸ ਤਰ੍ਹਾਂ ਦੀ ਡੈਡੀਕੇਟਿਡ ਸਟਾਫ ਇਹਨਾਂ ਕੋਲ ਹੈ ਔਰ ਜਿਸ ਤਰ੍ਹਾਂ ਦੀ ਪੇਰੈਂਟਸ ਔਰ ਬੱਚਿਆਂ ਦਾ ਸਹਿਯੋਗ ਇਹਨਾਂ ਨੂੰ ਮਿਲ ਰਿਹਾ, ਤਾਂ ਮੈਨੂੰ ਕੋਈ ਕਿਸੇ ਕਿਸਮ ਦਾ ਸ਼ੱਕ ਨਹੀਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਅਕਾਦਮਿਕ ਇੰਸਟੀਟਿਊਸ਼ਨਸ ਜਿਹੜੀਆਂ ਨੇ ਬਹੁਤ ਤਰੱਕੀ ਕਰਨਗੀਆਂ, ਹੋਰ ਤਰੱਕੀ ਕਰਨਗੀਆਂ। ਹਰਨਾਮ ਸਿੰਘ ਜੀ ਦਰਦੀ ਨੇ ਇੱਕ ਬੂਟਾ ਸਿੰਜਿਆ ਸੀ, ਉਹਦੇ ਫਲ ਅਤੇ ਫੁੱਲ ਅਸੀਂ ਦੇਖ ਰਹੇ ਹਾਂ। ਚੜ੍ਹਦੀ ਕਲਾ ਅਖਬਾਰ, ਭਾਰਤ ਦੇ ਸ਼ਮਾਰ ਅਖਬਾਰ, ਟਾਈਮ ਟੀਵੀ, ਚੜ੍ਹਦੀ ਕਲਾ ਚੈਨਲ, ਜੋ ਕਿ ਫਲ ਬਣ ਕੇ ਸਾਨੂੰ ਸਮਾਜ ਦੇ ਅੰਦਰ ਵਿਚਰਨ ਦਾ ਮੌਕਾ ਦੇ ਰਿਹਾ ਹੈ। ਮੈਂ ਦਰਦੀ ਸਾਹਿਬ ਤੋਂ ਬਹੁਤ ਹੀ ਧੰਨਵਾਦੀ ਹਾਂ। ਸੋ ਮੈਂ ਆਇਆ ਤਾਂ ਬੜੇ ਮੀਟਿੰਗ ਕਰਨ ਆਇਆ ਸੀ, ਕਿਉਂਕਿ ਮੈਂ ਧੂਰੀ ਤੋਂ MLA ਦੀ ਇਲੈਕਸ਼ਨ ਲੜਨ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨ ਆਇਆ ਸੀ।
ਪਰ ਮੇਰੇ ਭਾਗ ਚੰਗੇ ਹਨ ਕਿ ਦਰਜੀ ਸਾਹਿਬ ਦੇ ਇੱਥੇ ਗ੍ਰੰਥ ਸਾਹਿਬ ਰੱਖਿਆ ਤੇ ਮੈਨੂੰ ਉੱਥੇ ਮੱਥਾ ਟੇਕਣ ਦਾ ਮੌਕਾ ਮਿਲਿਆ। ਸੋ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਂਦਾ, ਕੁਝ ਹੋਰ ਖਬਰਾਂ ਲੈ ਕੇ ਜਲਦ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ।